सो वीडियो शुरू करन तो पहला तुहानू दस दईए कि इस वीडियो देखण तो बाद कि सिख नू मांस खाणा चाहीदा है कि नहीं, इस टॉपिक उपर तुहाडे सारे ही मन दे जो फुरने हन, जो मन दे डाउट हन, वो सारे दूर होने वाले हन। सो इस नू पूरा देखियो अते अपां एक गल होर ध्यान विच रखनी है कि जदों आपां गल कर रहे हाँ कि सिख दी सिख नू मांस खाना चाहिदा है कि नहीं, आपां प्रश्न पूछ रहे हाँ ते सिख नू प्रश्न कित्थों पूछना चाहिदा है। सिख दी सुप्रीम अथॉरिटी, सिख दी जड़ी सब तो उची अथॉरिटी है जिस तो आपां प्रश्न पूछ सकते हाँ, जिथों आपां नू सटीक उत्तर मिलेगा, ओ हन श्री गुरु ग्रंथ साहिब जी। सो आपां गुरु ग्रंथ साहिब जी दी बाणी दे विच्चों अपना उत्तर तलाश करन दी कोशिश करांगे। सो जुड़े रहो साड़ी वीडियो दे नाल। सो गुरमुखो मांस खाण दी जिहड़ी बहस है सिखां दे विच आपां गल करांगे, दो धड़े हन। एक कहिंदे हन वी मांस खाणा चाहीदा है, एक कहिंदे हन नहीं खाणा चाहीदा। हुण जिहड़े कहिंदे हन कि मांस खाणा चाहीदा है ਉਹ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਮਹੱਲਾ ਪਹਿਲਾ, ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ। ਇਸ ਉੱਪਰ ਕਹਿੰਦੇ ਹਨ ਕਿ ਗੁਰੂ ਸਾਹਿਬ ਸਾਫ ਸਾਫ ਕਹਿ ਰਹੇ ਹਨ ਕਿ ਮਾਸ ਮਾਸ ਕਰ ਮੂਰਖ ਝਗੜੇ, ਜੋ ਮਾਸ ਮਾਸ ਕਰਕੇ ਝਗੜਦਾ ਹੈ ਉਹ ਤਾਂ ਮੂਰਖ ਹੈ। ਕੌਣ ਮਾਸ ਕੌਣ ਸਾਗ ਕਹਾਵੇ, ਕਿਸ ਪਹਿ ਪਾਪ ਸਮਾਣੇ। ਅੱਗੇ ਗੁਰੂ ਸਾਹਿਬ ਕਹਿੰਦੇ ਹਨ ਕਿ ਕਿਹੜਾ ਮਾਸ ਹੈ ਕਿਹੜਾ ਸਾਗ ਹੈ, ਹੈ ਨਾ। ਅੱਗੇ ਕਹਿੰਦੇ ਹਨ ਗੁਰੂ ਸਾਹਿਬ ਕਿਸ ਮੈਂ ਪਾਪ ਸਮਾਣੇ, ਇਹਨਾਂ ਦੋਨਾਂ ਵਿੱਚੋਂ ਪਾਪ ਜਿਹੜਾ ਹੈ ਉਹ ਕਿਸ ਉੱਪਰ ਸਮਾਇਆ ਹੋਇਆ ਹੈ, ਯਾਨੀ ਪਾਪ ਤਾਂ ਕਿਸੇ ਵਿੱਚ ਵੀ ਨਹੀਂ ਹੈ। ਸੋ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਗੁਰੂ ਪਾਤਸ਼ਾਹ ਸਾਫ ਸਾਫ ਕਹਿ ਰਹੇ ਹਨ ਕਿ ਮਾਸ ਖਾਓ ਚਾਹੇ ਨਾ ਖਾਓ ਕੋਈ ਫਰਕ ਨਹੀਂ ਪੈਂਦਾ। ਲੇਕਿਨ ਦੂਜੇ ਪਾਸੇ ਆਪਾਂ ਉਸ ਧਿਰੇ ਦੀ ਗੱਲ ਕਰ ਲਈਏ ਜਿਹੜੇ ਕਹਿੰਦੇ ਹਨ ਕਿ ਮਾਸ ਸਿੱਖ ਨੂੰ ਨਹੀਂ ਖਾਣਾ ਚਾਹੀਦਾ, ਉਹਨਾਂ ਦੀ ਦਲੀਲ ਕੀ ਹੈ ਇਸ ਬਾਰੇ। ਉਹ ਕਹਿੰਦੇ ਹਨ ਕਿ ਨਹੀਂ, ਇਸ ਸਲੋਕ ਨੂੰ ਪੂਰਾ ਪੜ੍ਹੋ। ਪਿੱਛੋਂ ਜਦੋਂ ਆਪਾਂ ਸਲੋਕ ਪੂਰਾ ਪੜ੍ਹੀਏ ਤਾਂ ਗੁਰੂ ਨਾਨਕ ਦੇਵ ਜੀ ਪੰਡਿਤ ਨਾਲ ਗੱਲ ਕਰ ਰਹੇ ਹਨ। ਪੰਡਿਤ ਕਹਿੰਦਾ ਹੈ ਕਿ ਜਿਹੜਾ ਮਾਸ ਖਾਂਦਾ ਹੈ ਉਹ ਪੱਕਾ ਪਾਪੀ ਹੈ, ਉਹ ਪੱਕਾ ਨਰਕਾਂ ਨੂੰ ਜਾਵੇਗਾ, ਉਸ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਭਗਵਾਨ ਕਿਰਪਾ ਨਹੀਂ ਰੱਖਦੇ ਹਨ, ਉਹ ਅਧਰਮੀ ਹੋ ਜਾਂਦਾ ਹੈ, ਉਸ ਉੱਪਰ ਅਧਰਮੀ ਦੀ ਮੋਹਰ ਲੱਗ ਜਾਂਦੀ ਹੈ, ਠੱਪਾ ਲੱਗ ਜਾਂਦਾ ਹੈ। ਸੋ ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਬਾਕੀ ਸਾਰੇ ਮਾੜੇ ਕੰਮ ਕਰੀ ਜਾਣੇ, ਬਾਕੀ ਸਾਰੇ ਹੀ ਆਪਾਂ ਜੋ ਦੋਸ਼ ਹੈ ਉਹ ਆਪਣੇ ਸਿਰ ਮੜ ਰੱਖੇ ਹਨ, ਪਰ ਇਕੱਲੇ ਮਾਸ ਖਾਣ ਨਾਲ ਕੋਈ ਪਾਪੀ ਅਧਰਮੀ ਹੋ ਜਾਣਾ ਇਹ ਤਾਂ ਕੋਈ ਵਿਚਾਰਨ ਵਾਲੀ ਗੱਲ ਨਹੀਂ ਹੈ। ਇਹ ਜੋ ਵਿਚਾਰ ਕਰਦਾ ਹੈ ਕਿ ਬਾਕੀ ਸਾਰੇ ਕੰਮ ਕਰੀ ਜਾਓ ਕੋਈ ਚੱਕਰ ਨਹੀਂ, ਲੇਕਿਨ ਜਦੋਂ ਆਪਾਂ ਮਾਸ ਖਾ ਲਿਆ ਉਦੋਂ ਆਪਾਂ ਧਰਮੀ ਹੋ ਜਾਵਾਂਗੇ, ਇਹ ਤਾਂ ਫਿਰ ਗੱਲ ਨਾ ਬਣੀ ਨਾ। ਗੁਰੂ ਪਾਤਸ਼ਾਹ ਕਹਿੰਦੇ ਹਨ ਜੋ ਇਸ ਤਰ੍ਹਾਂ ਝਗੜਦਾ ਹੈ, ਜੋ ਪੰਡਿਤ ਇਸ ਤਰ੍ਹਾਂ ਝਗੜਦਾ ਹੈ ਕਿ ਮਾਸ ਖਾਣਾ ਕਿ ਨਹੀਂ ਖਾਣਾ, ਉਹ ਮੂਰਖ ਹੈ। ਲੇਕਿਨ ਗੁਰੂ ਪਾਤਸ਼ਾਹ ਜੀ ਨੇ ਇੱਥੇ ਕਿਤੇ ਵੀ ਨਹੀਂ ਕਿਹਾ ਕਿ ਮਾਸ ਖਾਓ, ਗੁਰੂ ਪਾਤਸ਼ਾਹ ਨੇ ਇਹ ਕਿਹਾ ਕਿ ਮਾਸ ਖਾਣਾ ਜਾਂ ਨਹੀਂ ਖਾਣਾ, ਜੋ ਇਸ ਤਰ੍ਹਾਂ ਝਗੜ ਰਿਹਾ ਹੈ ਉਹ ਤਾਂ ਮੂਰਖ ਹੈ। ਗੁਰੂ ਪਾਤਸ਼ਾਹ ਇਸ ਪੰਡਿਤ ਦੇ ਸੰਦਰਭ ਵਿੱਚ ਗੱਲ ਕਰ ਰਹੇ ਹਨ, ਉਹਨਾਂ ਦਾ ਇਹ ਕਹਿਣਾ ਹੈ। ਸੋ ਅੱਗੇ ਇੱਕ ਹੋਰ ਆਪਾਂ ਗੁਰੂ ਪਾਤਸ਼ਾਹ ਜੀ ਦੀ ਪੰਕਤੀ ਲੈ ਕੇ ਵਿਚਾਰ ਕਰਾਂਗੇ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ। ਸੋ ਇੱਥੇ ਮਾਸ ਨਾ ਖਾਣ ਦੇ ਜਿਹੜੇ ਪਕਸ਼ ਦੇ ਵਿੱਚ ਹਨ ਉਹ ਕਹਿੰਦੇ ਹਨ ਕਿ ਦੇਖੋ ਇੱਥੇ ਮਾਸ ਨੂੰ ਰਸ ਕਿਹਾ ਹੈ, ਆਪਾਂ ਨੂੰ ਮਾਸ ਨਹੀਂ ਖਾਣਾ ਚਾਹੀਦਾ ਕਿਉਂਕਿ ਜਿਹੜਾ ਮਾਸ ਵਾਲਾ ਰਸ ਪਾਲੀ ਬੈਠਾ ਹੈ ਉਸ ਦੇ ਸਰੀਰ ਦੇ ਵਿੱਚ ਇੰਨੇ ਸਾਰੇ ਰਸ ਹਨ ਕਿ ਉੱਥੇ ਨਾਮ ਤਾਂ ਨਿਵਾਸ ਕਰ ਹੀ ਨਹੀਂ ਸਕਦਾ। ਸੋ ਆਪਾਂ ਇਸ ਨੂੰ ਥੋੜ੍ਹਾ ਬੜੇ ਵਿਚਾਰ ਨਾਲ ਸਮਝਣਾ ਹੈ ਕਿਉਂਕਿ ਇੱਥੋਂ ਆਪਣੇ ਦਿਮਾਗ ਦੀ ਜਿਹੜੀ ਆਪਣੇ ਬੜਾ ਹੀ ਤੂਫਾਨ ਉੱਠਿਆ ਹੋਇਆ ਹੈ ਉਸਦਾ ਅੰਤ ਹੋ ਜਾਣਾ ਹੈ। ਸੋ ਆਪਾਂ ਧਿਆਨ ਨਾਲ ਦੁਬਾਰਾ ਪੰਕਤੀ ਨੂੰ ਪੜ੍ਹੀਏ ਕਿ ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਰਸ ਘੋੜੇ, ਜਿਹੜੇ ਘੋੜੇ ਹਨ ਉਹ ਰਸ ਹੈ, ਰਸ ਸੇਜਾ ਮੰਦਰ, ਜਿਹੜੇ ਤੁਸੀਂ ਮੰਦਰ ਮਹਿਲ ਘਰ ਕੋਠੀਆਂ ਪਾ ਰੱਖੀਆਂ ਹਨ ਉਹ ਵੀ ਰਸ ਹੈ, ਰਸ ਮਿੱਠਾ, ਜਿਹੜਾ ਮਿੱਠਾ ਤੁਸੀਂ ਖਾ ਰਹੇ ਹੋ
ਵੀ ਰਸ ਹੈ ਰਸ ਮਾਸ ਫਿਰ ਮਾਸ ਤੇ ਗੱਲ ਆਈ ਹੈ ਕਹਿੰਦੇ ਫਿਰ ਰਸ ਵੀ ਇੰਨੇ ਸਾਰੇ ਰਸ ਪਹਿਲਾਂ ਗਿਣਾ ਕੇ ਇਸ ਤੋਂ ਪਹਿਲਾਂ ਵਾਲੀ ਪੰਕਤੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਇੰਨੇ ਸਾਰੇ ਰਸ ਗਿਣਾ ਕੇ ਫਿਰ ਮਾਸ ਤੇ ਆਏ ਹਨ ਪਹਿਲਾਂ ਤੁਸੀਂ ਸੋਨਾ ਪਾਣਾ ਛੱਡੋ ਪਹਿਲਾਂ ਚਾਂਦੀ ਪਾਣੀ ਛੱਡੋ ਪਹਿਲਾਂ ਇੱਤਰ ਲਾਣਾ ਛੱਡੋ ਪਹਿਲਾਂ ਜਿਹੜੇ ਮੰਦਰਾਂ ਵਿੱਚ ਰਹਿ ਰਹੇ ਉਹਨੂੰ ਛੱਡੋ ਪਹਿਲਾਂ ਜਿਹੜੀ ਪਤਨੀ ਹੈ ਪਤੀ ਹੈ ਉਹਨੂੰ ਛੱਡੋ ਜੇ ਤੁਸੀਂ ਕਹਿੰਦੇ ਹੋ ਵੀ ਰਸ ਜਿਹੜਾ ਹੈ ਉਹਨੂੰ ਛੱਡ ਦੇਣਾ ਚਾਹੀਦਾ ਹੈ ਤੇ ਫਿਰ ਪਹਿਲਾਂ ਇੰਨੇ ਸਾਰੇ ਰਸ ਛੱਡੋ ਫਿਰ ਆਓ ਮਾਸ ਤੇ ਭਾਈ ਵੀ ਤੁਸੀਂ ਕਹਿੰਦੇ ਹੋ ਬਾਕੀ ਸਾਰੇ ਰਸ ਤਾਂ ਆਪਾਂ ਕਰਾਂਗੇ ਲੇਕਿਨ ਜਿਹੜਾ ਮਾਸ ਵਾਲਾ ਰਸ ਹੈ ਇਹ ਨਹੀਂ ਕਰਦੇ ਹਨਾ ਇਹ ਤਾਂ ਕੋਈ ਆਪਣੇ ਵਿਚਾਰਨ ਵਾਲੀ ਗੱਲ ਨਹੀਂ ਹੈ ਸੋ ਆਪਾਂ ਇਸ ਦੇ ਸਟੀਕ ਅਰਥ ਕਰਨੇ ਹਨ ਕਿ ਗੁਰੂ ਪਾਤਸ਼ਾਹ ਕੀ ਕਹਿੰਦੇ ਹਨ ਇਸ ਬਾਰੇ ਭਾਈ ਸਾਹਿਬ ਸਿੰਘ ਜੀ ਨੇ ਬੜੇ ਸੁੰਦਰ ਅਰਥ ਕੀਤੇ ਹਨ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਮਸਕੀਨ ਜੀ ਦੀ ਵੀ ਬੜੀ ਸੋਹਣੀ ਲਾਈਨ ਹੈ ਆਪਾਂ ਉਸ ਬਾਰੇ ਗੱਲ ਕਰਾਂਗੇ ਮਸਕੀਨ ਜੀ ਕਹਿੰਦੇ ਹਨ ਕਿ ਮੰਦਰ ਵਿੱਚ ਰਹੋ ਕੋਈ ਗੱਲ ਨਹੀਂ ਪਤੀ ਪਤਨੀ ਆਪਾਂ ਗ੍ਰਸਥ ਵਿੱਚ ਰਹਿ ਰਹੇ ਹਾਂ ਕੋਈ ਗੱਲ ਨਹੀਂ ਘੋੜਿਆਂ ਉੱਤੇ ਯਾਨੀ ਅੱਜ ਦੇ ਟਾਈਮ ਦੀ ਗੱਲ ਕਰੀਏ ਕਾਰਾਂ ਮੋਟਰਸਾਈਕਲਾਂ ਉੱਪਰ ਚੜ੍ਹ ਰਹੇ ਹਾਂ ਕੋਈ ਗੱਲ ਨਹੀਂ ਆਪਾਂ ਜਿਹੜਾ ਮਾਸ ਖਾ ਰਹੇ ਹਾਂ ਕੋਈ ਗੱਲ ਨਹੀਂ ਲੇਕਿਨ ਇਸ ਨੂੰ ਰਸ ਨਾ ਮਾਣੀਏ 99% ਲੋਕਾਂ ਨੂੰ ਮਾਸ ਖਾਣ ਦੀ ਸਰੀਰਕ ਤੌਰ 'ਤੇ ਜਾਂ ਕਹਿ ਲਈਏ ਮੈਡੀਕਲ ਤੌਰ 'ਤੇ ਕੋਈ ਲੋੜ ਨਹੀਂ ਹੈ ਉਹ ਸਿਰਫ ਔਰ ਸਿਰਫ ਜੀਭ ਦੇ ਰਸ ਲਈ ਮਾਸ ਖਾ ਰਹੇ ਹਨ ਉਹ ਸਿਰਫ ਔਰ ਸਿਰਫ ਆਪਣੀ ਜੋ ਵਾਸਨਾ ਹੈ ਉਸਨੂੰ ਪੂਰੀ ਕਰਨ ਲਈ ਮਾਸ ਖਾ ਰਹੇ ਹਨ WHO ਤਾਂ ਅੱਜ ਇਸ ਵਾਰੀ ਵੀ ਕਹਿੰਦਾ ਹੈ ਕਿ ਮਾਸ ਖਾਣ ਨਾਲ ਕੈਂਸਰ ਹੋ ਜਾਂਦਾ ਹੈ ਫਿਰ ਵੀ ਲੋਕ ਨਹੀਂ ਸੁਣਦੇ ਗੁਰੂ ਸਾਹਿਬ ਨੇ ਇੰਨੇ ਸਾਲ ਪਹਿਲਾਂ ਕਹਿ ਦਿੱਤਾ ਸੀ ਕਿ ਰਸ ਰਸ ਦੇ ਰੂਪ 'ਚ ਨਹੀਂ ਖਾਣਾ ਆਪਾਂ ਜੈਨੀ ਨਹੀਂ ਆਪਾਂ ਬੋਧੀ ਨਹੀਂ ਆਪਾਂ ਹਿੰਦੂ ਨਹੀਂ ਆਪਾਂ ਸਿੱਖ ਹਾਂ ਸਿੱਖ ਪੂਰੀ ਤਰ੍ਹਾਂ ਅਹਿੰਸਕ ਨਹੀਂ ਹੈ ਸਿੱਖਾਂ ਨੇ ਵੱਡੇ ਵੱਡੇ ਜੰਗ ਯੁੱਧ ਲੜੇ ਹਨ ਉਹਨਾਂ ਵਿੱਚ ਜਦੋਂ ਖਾਣ ਦੀ ਤੋਟ ਆਉਂਦੀ ਸੀ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਜਦੋਂ ਨੰਦੇੜ ਸਾਹਿਬ ਦਾ ਪ੍ਰਕਰਣ ਵੇਖਦੇ ਹਾਂ ਕਿ ਬੰਦਾ ਸਿੰਘ ਬਹਾਦਰ ਨੂੰ ਮਨਾਉਣ ਲਈ ਉਹਨਾਂ ਨੇ ਉੱਤੇ ਮਾਸ ਜਿਹੜਾ ਬਣਾਇਆ ਸੀ ਸੋ ਕਈ ਵਾਰੀ ਮਾਸ ਬਣਾਉਣਾ ਪੈ ਜਾਂਦਾ ਹੈ ਲੇਕਿਨ ਐਂ ਨਹੀਂ ਵੀ ਆਪਾਂ ਮਤਲਬ ਵੀ ਰਸ ਦੇ ਰੂਪ 'ਚ ਅੱਜ ਕਿਉਂਕਿ ਆਪਣੇ ਕੋਲ 36 ਪ੍ਰਕਾਰ ਦੇ ਭੋਜਨ ਹਨ ਫਿਰ ਵੀ ਆਪਾਂ ਮਾਸ ਵੱਲ ਭੱਜ ਰਹੇ ਹਾਂ ਇਹ ਤਾਂ ਫਿਰ ਰਸ ਹੈ ਕਬੀਰ ਸਾਹਿਬ ਦੀ ਪੰਕਤੀ ਵੀ ਆਉਂਦੀ ਹੈ ਕਿ ਕਬੀਰ ਖੂਬ ਖਾਣਾ ਖੀਚਰੀ ਜਾ ਮੈਂ ਅੰਮ੍ਰਿਤ ਲੋਨ ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ ਕਬੀਰ ਸਾਹਿਬ ਕਹਿੰਦੇ ਹਨ ਕਿ ਆਪਾਂ ਖਿਚੜੀ ਹੀ ਖਾ ਲਾਂਗੇ ਕਿ ਕਿਸੇ ਦੀ ਰੋਟੀ ਖਾਤਰ ਜੇ ਕੋਈ ਗਲਾ ਕਟਾ ਰਿਹਾ ਹੈ ਉਹ ਤਾਂ ਸਹੀ ਨਹੀਂ ਗਲਾ ਕਟਾਵੇ ਕੌਣ ਕੌਣ ਗਲਾ ਕਟਾਵੇ ਕਿਸੇ ਦੀ ਰੋਟੀ ਖਾਤਰ ਜੇ ਤੁਹਾਨੂੰ ਕਿਹਾ ਜਾਵੇ ਕਿ ਕਿਸੇ ਰਾਜੇ ਨੇ ਰੋਟੀ ਖਾਣੀ ਹੈ ਤੁਸੀਂ ਆਪਣਾ ਗਲਾ ਜਿਹੜਾ ਹੈ ਦਾਨ ਦਿਓ ਤੁਸੀਂ ਕਰ ਸਕਦੇ ਹੋ ਤੁਹਾਨੂੰ 1,00,000 ਰੁਪਏ ਦਿੱਤੇ ਜਾਣਗੇ ਨਹੀਂ ਸਰੇਆਮ ਨਹੀਂ ਸੋ ਕਬੀਰ ਸਾਹਿਬ ਕਹਿ ਰਹੇ ਹਨ ਕਿ ਸਵਾਦ ਖਾਤਰ ਕੁਛ ਵੀ ਕਰਨਾ ਗਲਤ ਹੈ ਲੇਕਿਨ ਜਦੋਂ ਮਜਬੂਰੀ ਪੈ ਜਾਵੇ ਜਦੋਂ ਕੋਈ ਔਂਕੜ ਆ ਜਾਵੇ ਜਦੋਂ ਕੋਈ ਸਰੀਰ ਨੂੰ ਬਿਮਾਰੀ ਲੱਗ ਜਾਵੇ ਜਾਂ ਫਿਰ ਖਾਣੇ ਦੀ ਤੋਟ ਆ ਜਾਵੇ ਉਦੋਂ ਕਰਨਾ ਪੈ ਜਾਵੇ ਤਾਂ ਉਹ ਮਜਬੂਰੀ ਹੈ ਲੇਕਿਨ ਸਵਾਦ ਖਾਤਰ ਮਾਸ ਖਾਣਾ ਬਿਲਕੁਲ ਸਰੇਆਮ ਗਲਤ ਹੈ ਸੋ ਆਪਣੀ ਇਹ ਵੀਡੀਓ ਨਾਲ ਤੁਹਾਨੂੰ ਇੱਕ ਗੱਲ ਸਮਝ ਆ ਗਈ ਹੋਵੇਗੀ ਕਿ ਕੋਈ ਵੀ ਰਸ ਜੋ ਹੈ ਸੋਨਾ ਪਾਓ ਤੁਸੀਂ ਮਾੜੀ ਗੱਲ ਨਹੀਂ ਹੈ ਸੋਨਾ ਆਪਣੇ ਕੋਲ ਰੱਖਣਾ ਲੇਕਿਨ ਜੇ ਤੁਸੀਂ ਉਸ ਸੋਨੇ ਨੂੰ ਵਿਖਾਉਂਦੇ ਫਿਰੋਗੇ ਹਾਂਜੀ ਆਹ ਮੈਂ ਸੋਨਾ ਪਾ ਰੱਖਿਆ ਹੈ ਤਾਂ ਫਿਰ ਨਾਮ ਲਈ ਉੱਥੇ ਕੋਈ ਜਗ੍ਹਾ ਨਹੀਂ ਸਿੱਖ ਦਾ ਅਰਥ ਹੀ ਹੈ ਸਿੱਖਣਾ ਜਦੋਂ ਆਪਾਂ ਸਿੱਖਣਾ ਬੰਦ ਕਰਤਾ ਜਦੋਂ ਆਪਾਂ ਨਾਮ ਨੂੰ ਜਪਣਾ ਬੰਦ ਕਰਤਾ ਗੁਰੂ ਪਾਤਸ਼ਾਹ ਕਹਿੰਦੇ ਹਨ ਉਹਦਾ ਜੰਮਣਾ ਉਹਦਾ ਧਰਤੀ 'ਤੇ ਆਉਣਾ ਨਿਰਰਥਕ ਹੋ ਗਿਆ ਹੈ ਉਹਨੂੰ ਧਰਤੀ 'ਤੇ ਆਉਣ ਦੀ ਕੋਈ ਲੋੜ ਹੀ ਨਹੀਂ ਸੀ ਉਹਦੀ ਮਾਂ ਨੇ ਉਹਨੂੰ ਜੰਮਿਆ ਹੀ ਕਿਉਂ ਕੜੇ ਸ਼ਬਦਾਂ ਵਿੱਚ ਗੁਰੂ ਸਾਹਿਬ ਨੇ ਕਈ ਵਾਰ ਲਿਖਿਆ ਹੈ ਸੋ ਆਪਾਂ ਉਸ ਲਿਸਟ ਵਿੱਚ ਸ਼ਾਮਲ ਨਹੀਂ ਹੋਣਾ ਜਿਸ ਨੂੰ ਗੁਰੂ ਸਾਹਿਬ ਨੇ ਸ਼ਰੇਆਮ ਮੂਰਖ ਕਹਿ ਦਿੱਤਾ ਹੈ ਮੂਰਖ ਦਾ ਠੱਪਾ ਲਾ ਦਿੱਤਾ ਹੈ ਆਪਾਂ ਉਸ ਪਾਸੇ ਨਹੀਂ ਜਾਣਾ ਸਿੱਖ ਦਾ ਕੰਮ ਹੈ ਸਿੱਖਣਾ ਬਾਣੀ ਪੜ੍ਹੋ ਲੇਕਿਨ ਆਪਣੇ ਬਾਣੀ ਨੂੰ ਵਿਚਾਰ ਕੇ ਜਦੋਂ ਆਪਾਂ ਸਮਝ ਕੇ ਚੱਲਦੇ ਹਾਂ ਤਾਂ ਗੁਰੂ ਪਾਤਸ਼ਾਹ ਆਪਾਂ ਨੂੰ ਹਰ ਚੀਜ਼ ਬਾਰੇ ਦੁਨੀਆਂ ਦੇ ਹਰ ਕੰਮ ਬਾਰੇ ਆਪਾਂ ਨੂੰ ਸਹੀ ਰਸਤਾ ਦੱਸਦੇ ਹਨ ਕਿ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਸੋ ਇੰਨੀ ਕੁ ਵਿਚਾਰਾਂ ਕਰਦੇ ਹੋਏ ਖਿਮਾਂ ਦੇ ਜਾਚਕ ਹਾਂ ਕਹਿੰਦਿਆਂ ਪੜ੍ਹਦਿਆਂ ਤੋਂ ਬੜੀਆਂ ਹੀ ਭੁੱਲਾਂ ਹੋ ਜਾਂਦੀਆਂ ਹਨ ਆਪ ਜੀ ਬਖਸ਼ਣਯੋਗ ਹੋ ਬਖਸ਼ ਲੈਣਾ ਨਾਲ ਹੀ ਬੇਨਤੀ ਹੈ ਕਿ ਸਾਡੇ ਧਾਰਮਿਕ ਚੈਨਲ ਪਰਮਬਾਣੀ TV ਨੂੰ ਸਬਸਕ੍ਰਾਈਬ ਕਰ ਲਵੋ ਨਾਲ ਹੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦੇਵੋ ਨਾਲ ਹੀ ਕਮੈਂਟਾਂ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਦੱਸੋ ਕਿ ਤੁਹਾਡੇ ਇਸ ਮੁੱਦੇ ਉੱਪਰ ਕੀ ਵਿਚਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ